उन्हां तों पैसे कढ़ा के फिर उन्हां नूं इह अकाउंट नंबर दे दिंदे सी जां बिटकॉइन दा कह दिंदे सी जां पेपाल राहीं कह दिंदे सी जां इहदे च जिहड़े गिफ्ट कार्ड है उहदे लैके भी आह तुसीं गिफ्ट कार्ड लै लो जिहड़ा बिटकॉइन दे विच जिहड़ा नंबर दिंदे सीगे जां होर सी उस पासे ट्रांसफर कर ली उह अगे हैक करके आपदे विच ट्रांसफर कर लैंदे सी। ਜਦੋਂ ਜਿਹੜਾ ਇਹਨੂੰ ਲੱਗਦਾ ਸੀਗਾ ਵੀ ਇਹ ਕਸਟਮਰ ਫਸ ਸਕਦਾ ਜਿਹੜਾ ਉਹਨੂੰ ਕਹਿੰਦੇ ਸੀ ਫਾਰਮ ਭਰ ਕੇ ਆਪਣੀ ਬੈਂਕ ਡਿਟੇਲ ਦਿਓ। ਜਦੋਂ ਬੈਂਕ ਡਿਟੇਲ ਹੋ ਗਈ ਫਿਰ ਉਹਨਾਂ ਨੂੰ ਜਦੋਂ ਅੱਧੀ ਇਨਫੋਰਮੇਸ਼ਨ ਉਹਨਾਂ ਤੋਂ ਹੀ ਭਰਾ ਲੈਂਦੇ ਸੀ ਅਤੇ ਫਿਰ ਉਹਨਾਂ ਨੂੰ ਔਨਲਾਈਨ ਠੱਗਦੇ ਸੀ। ਕੁਛ ਦੇ ਅਕਾਊਂਟ ਦੇ ਪੈਸੇ ਇਹਨਾਂ ਦੇ ਕੋਲ ਆ ਗਏ ਸੀ ਜਿਹੜੇ ਉਸ ਘੰਟਿਆਂ ਦੇ ਅਤੇ ਉਹਦੇ ਵਿੱਚੋਂ ਜਿਹੜਾ ਕੋਈ 1,70,000 ਰੁਪਇਆ ਜਦੋਂ ਇੱਥੇ ਡਿਲੀਵਰ ਕਰਨ ਆ ਰਿਹਾ ਸੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਵੰਡਣਾ ਸੀ ਅਤੇ ਉਹ ਬੰਦੇ ਨੂੰ ਅਸੀਂ ਪੈਸੇ ਦੇਣ ਆਏ ਜੀ ਇੱਥੇ ਕਾਬੂ ਕਰ ਲਿਆ। ਅਤੇ ਮੈਨੂੰ ਲੱਗਦਾ ਵੀ ਬਹੁਤ ਸਾਰੇ ਅਮੈਰੀਕਨ ਸਿਟੀਜ਼ਨਸ ਨੇ ਜਿਨ੍ਹਾਂ ਨੂੰ ਇੱਥੇ ਕਾਲ ਸੈਂਟਰ ਦੇ ਨਾਂ 'ਤੇ ਜਿਹੜਾ ਉਹ ਠੱਗੀ ਮਾਰੀ ਜਾ ਰਹੀ ਸੀ। ਇੱਕ ਜਿਹੜਾ ਸਾਈਬਰ ਫਰੋਡ ਜਿਹੜਾ ਹੁੰਦਾ ਉਹਦੇ ਵਿੱਚ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਉਹਦੇ 'ਚ SHO ਡਿਵੀਜ਼ਨ ਨੰਬਰ 8 ਜਿਹੜਾ ਨੀਰਜ ਅਤੇ ਜਸਰੂਪ ਜਿਹੜੇ ਸਾਡੇ IPS ਅਫਸਰ ਹੈ ਅਤੇ ਤੁਸ਼ਾਰ ਗੁਪਤਾ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਅਸੀਂ ਇੱਥੇ ਰੇਡ ਕੀਤਾ ਮੋਤੀ ਨਗਰ ਦੇ ਵਿੱਚ। ਇੱਥੇ ਜਿਹੜੇ ਕਹਿੰਦਾ ਇਲੀਗਲ ਜਿਹੜਾ ਇਹਨੂੰ ਕਾਲ ਸੈਂਟਰ ਟਾਈਪ ਉਹ ਚੱਲ ਰਿਹਾ ਸੀ ਜਿਹਦੇ ਫਿਰ ਉਹਨਾਂ ਨੂੰ ਕੁਛ ਨੰਬਰਾਂ ਨੂੰ ਵਿੱਚੋਂ ਕਾਲ ਕਰਦੇ ਸੀ, ਕਾਲ ਕਰਕੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਤੁਹਾਡੀ ਜਿਹੜੀ ਹੈ ਤੁਹਾਨੂੰ ਇਹੋ ਜਿਹੀ ਈਮੇਲਸ ਆਈਆਂ ਅਤੇ ਤੁਸੀਂ ਅੱਗੇ ਕਿਸੇ ਨਾਲ ਸ਼ੇਅਰ ਨਾ ਕਰੋ ਜੇ ਤੁਹਾਡਾ ਜਿਹੜੀ ਇਨਫੋਰਮੇਸ਼ਨ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਜਿਵੇਂ ਆਲ ਜਿਵੇਂ ਬੈਂਕ ਆਫਸ਼ਲ ਕਰਕੇ ਅਤੇ ਜਾਂ ਪੇਪਾਲ ਦਾ ਵਿੱਚ ਉਹ ਕਰਕੇ ਬਣ ਕੇ ਜਿਹੜੇ ਰੀਪ੍ਰੈਜੈਂਟੇਟਿਵ ਉਹਨਾਂ ਨੂੰ ਕਾਲ ਕਰਦੇ ਸੀ। ਫਿਰ ਉਹਨਾਂ ਨੂੰ ਵਿੱਚੋਂ ਹੀ ਇਸ ਕਹਿ ਕੇ ਵੀ ਤੁਸੀਂ ਐਂ ਕਰੋ ਵੀ ਤੁਹਾਡਾ ਹੁਣ ਇਹਦੇ 'ਚ ਉਹ ਖਤਰਾ ਹੈ ਕਿ ਬਹੁਤ ਸਾਰੇ ਬੰਦੇ ਤੁਹਾਨੂੰ ਇਲੀਗਲ ਕਾਲ ਕਰਨਗੇ, ਤੁਹਾਡਾ ਔਨਲਾਈਨ ਜਿਹੜਾ ਹੈਕ ਹੋ ਸਕਦਾ, ਤੁਸੀਂ ਆਪਦੇ ਬੈਂਕ ਦੇ ਵਿੱਚੋਂ ਜਾ ਕੇ ਉਹਨੂੰ ਆਪਦਾ ਜਿਹੜੀ ਕੁਛ ਪੈਸੇ ਵਿਦਡਰਾ ਕਰ ਲਓ ਅਤੇ ਉੱਥੋਂ ਦੇ ਬੈਂਕ ਆਫਿਸ਼ਲਸ ਨੂੰ ਵੀ ਨਾ ਦੱਸਿਓ ਜੀ, ਕਿਉਂਕਿ ਉਹ ਵੀ ਹੋ ਸਕਦਾ ਕਿ ਤੁਹਾਡੇ ਇਸ ਫਰੋਡ ਦੇ ਵਿੱਚ ਜਿਹੜਿਆਂ ਦੇ ਨਾਲ ਮਿਲੇ ਹੋਣ। ਉਹਨਾਂ ਤੋਂ ਪੈਸੇ ਕਢਾ ਕੇ ਫਿਰ ਉਹਨਾਂ ਨੂੰ ਇਹ ਅਕਾਊਂਟ ਨੰਬਰ ਦੇ ਦਿੰਦੇ ਸੀ ਜਾਂ ਬਿਟਕੋਇਨ ਦਾ ਕਹਿ ਦਿੰਦੇ ਸੀ ਜਾਂ ਪੇਪਾਲ ਰਾਹੀਂ ਕਹਿ ਦਿੰਦੇ ਸੀ ਜਾਂ ਇਹਦੇ 'ਚ ਜਿਹੜੇ ਗਿਫਟ ਕਾਰਡਸ ਹੈ ਉਹਦੇ ਲੈ ਕੇ ਵੀ ਆਹ ਤੁਸੀਂ ਗਿਫਟ ਕਾਰਡ ਲੈ ਲਓ, ਜਿਹੜਾ ਬਿਟਕੋਇਨ ਦੇ ਵਿੱਚ ਜਿਹੜਾ ਨੰਬਰ ਦਿੰਦੇ ਸੀਗੇ ਜਾਂ ਹੋਰ ਸੀ ਉਸ ਪਾਸੇ ਟ੍ਰਾਂਸਫਰ ਕਰਨ ਲਈ ਉਹ ਅੱਗੇ ਹੈਕ ਕਰਕੇ ਆਪਦੇ ਵਿੱਚ ਟ੍ਰਾਂਸਫਰ ਕਰ ਲੈਂਦੇ ਸੀ ਅਤੇ ਜਾਂ ਜਿਹੜੇ ਗਿਫਟ ਕਾਰਡ ਦਿੰਦੇ ਸੀ ਉਹਨਾਂ ਤੋਂ ਨੰਬਰ ਲੈ ਕੇ ਅਤੇ ਜਿਵੇਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਜਾ ਕੇ ਆਪਦਾ ਜਲਦੀ 1,000-2,000 ਰੁਪਇਆ ਡਾਲਰਸ ਆ ਜਿਹੜੇ ਉਹਦੇ ਵਿੱਚੋਂ ਕਢਾ ਲਓ, ਕਿਸੇ ਨੂੰ 200 ਕਹਿਤਾ, ਕਿਸੇ ਨੂੰ 500 ਕਹਿਤਾ, ਜ਼ਿਆਦਾ ਉਹਦੇ 'ਚ ਹੈਗਾ ਉਹਨੂੰ ਪੁੱਛ ਕੇ। ਇਹਦੇ ਵਿੱਚ ਇੱਕ ਇਹ ਕਰਦੇ ਸੀ, ਇੱਕ ਇਹਨਾਂ ਨੇ ਫਾਰਮ ਬਣਾਇਆ ਹੋਇਆ ਸੀ, ਫਾਰਮ ਉਹਨੂੰ ਕਹਿੰਦੇ ਸੀ ਉਹਨਾਂ ਨੂੰ ਜਦੋਂ ਜਿਹੜਾ ਇਹਨੂੰ ਲੱਗਦਾ ਸੀਗਾ ਵੀ ਇਹ ਕਸਟਮਰ ਫਸ ਸਕਦਾ ਜਿਹੜਾ ਉਹਨੂੰ ਕਹਿੰਦੇ ਸੀ ਫਾਰਮ ਭਰ ਕੇ ਆਪਣੀ ਬੈਂਕ ਡਿਟੇਲ ਦਿਓ। ਜਦੋਂ ਬੈਂਕ ਡਿਟੇਲ ਹੋ ਗਈ ਫਿਰ ਉਹਨਾਂ ਨੂੰ ਜਦੋਂ ਅੱਧੀ ਇਨਫੋਰਮੇਸ਼ਨ ਉਹਨਾਂ ਤੋਂ ਹੀ ਭਰਾ ਲੈਂਦੇ ਸੀ ਅਤੇ ਫਿਰ ਉਹਨਾਂ ਨੂੰ ਔਨਲਾਈਨ ਠੱਗਦੇ ਸੀ। ਇਹ ਜਿਹੜਾ ਪਿਛਲੇ 2.5 ਮਹੀਨੇ ਤੋਂ ਇਹ ਜਿਹੜਾ ਚੱਲ ਰਿਹਾ ਸੀ ਇੱਥੇ ਲੁਧਿਆਣੇ ਦੇ ਵਿੱਚ ਇਹਨੂੰ ਅਸੀਂ ਬਸਟ ਕੀਤਾ। ਇਹਦੇ ਵਿੱਚ ਬਹੁਤ ਸਾਰੀਆਂ ਹੋਰ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ, ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕਰਾਂਗੇ। ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੂੰ ਲੋਕੇਸ਼ਨ ਨਹੀਂ ਪਤਾ, ਪਰ ਇਹਨਾਂ ਦੇ ਦੱਸਣ ਮੁਤਾਬਕ ਦਿੱਲੀ ਇਹਨਾਂ ਦਾ ਮੇਨ ਹੱਬ ਸੀ, ਉਹਦਾ ਕੋਈ ਸਬਸਿਡਰੀ ਜਾਂ ਸੈਕੰਡਰੀ ਜਿਹੜਾ ਇੱਥੋਂ ਦਾ ਇਹ ਸਟੇਸ਼ਨ ਸੀਗਾ। ਅਤੇ ਮੈਨੂੰ ਲੱਗਦਾ ਵੀ ਬਹੁਤ ਸਾਰੇ ਅਮੈਰੀਕਨ ਸਿਟੀਜ਼ਨਸ ਨੂੰ ਜਿਨ੍ਹਾਂ ਨੂੰ ਇੱਥੇ ਕਾਲ ਸੈਂਟਰ ਦੇ ਨਾਂ 'ਤੇ ਜਿਹੜਾ ਉਹ ਠੱਗੀ ਮਾਰੀ ਜਾ ਰਹੀ ਸੀ ਅਤੇ ਅਸੀਂ ਉਹਨੂੰ ਰੋਕਣ, ਦੇਖੋ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ। ਇਹਨਾਂ ਨੂੰ ਲੇਟ ਨਾਈਟ ਅਸੀਂ ਇਹਦਾ ਰੇਡ ਕੀਤਾ, ਹਜੇ ਵੀ ਤੁਸੀਂ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਾਹਰੋਂ ਅਸੀਂ ਚੰਡੀਗੜ੍ਹੋਂ ਸਾਈਬਰ ਸੈੱਲ ਤੋਂ ਫਲੋਰ ਤੋਂ ਅਤੇ ਜਿਹੜੇ ਸਾਡੇ ਸਾਈਬਰ ਟੈਕ ਜਿਹੜੇ ਸਾਡੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਇਹਦੇ ਵਿੱਚ ਲਾਇਆ ਕਿ ਸਾਰੀਆਂ ਚੀਜ਼ਾਂ ਦੀ ਇਹਦੀ ਡਿਟੇਲ ਵਰਕਆਊਟ ਕੀਤੀ ਜਾਵੇ। ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਾਂਗੇ, ਹਜੇ ਇਹਨਾਂ ਦੀ ਜਦੋਂ ਫਾਰਮਲ ਅਰੈਸਟ ਕਰਕੇ ਅਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਕਿੰਨੇ ਵਰਕਰ ਕਿੰਨੇ ਟੋਟਲ? ਇਹ 13 ਬੰਦੇ ਅਸੀਂ ਇਹਨੂੰ ਕੀਤੇ ਆ। ਇਹਦੇ ਵਿੱਚ ਜਿਹੜੀ ਹੋਰ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਅਸੀਂ 8 ਕੰਪਿਊਟਰ, 18 ਮੋਬਾਈਲ ਫੋਨ ਅਤੇ ਲਗਭਗ ਇਹਦੇ 'ਚ 1,70,000 ਰੁਪਇਆ ਕੁਛ ਅਮਾਊਂਟ ਸਵੇਰੇ ਇਹਨਾਂ ਦੇ ਲਗਭਗ ਕਿੰਨੇ ਵਜੇ ਸਵੇਰੇ 4 ਵਜੇ ਇਹਨਾਂ ਨੂੰ ਇੱਕ ਬੰਦਾ ਡਿਲੀਵਰ ਕਰਨ ਆਇਆ ਸੀ। ਕੁਛ ਦੇ ਅਕਾਊਂਟ ਦੇ ਪੈਸੇ ਇਹਨਾਂ ਦੇ ਕੋਲ ਆ ਗਏ ਸੀ ਜਿਹੜੇ ਉਸ ਘੰਟਿਆਂ ਦੇ, ਅਤੇ ਉਹਦੇ ਵਿੱਚੋਂ ਜਿਹੜਾ ਕੋਈ 1,70,000 ਰੁਪਇਆ ਜਦੋਂ ਇੱਥੇ ਡਿਲੀਵਰ ਕਰਨ ਆ ਰਿਹਾ ਸੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਵੰਡਣਾ ਸੀ, ਤੇ ਉਹ ਬੰਦੇ ਨੂੰ ਅਸੀਂ ਪੈਸੇ ਦੇਣ ਆਏ ਇੱਥੇ ਕਾਬੂ ਕਰ ਲਿਆ। ਨਹੀਂ ਇਹਦੇ ਵਿੱਚੋਂ ਹਜੇ ਨਾ ਜੀ ਇਹਦੇ ਚੋਂ ਕੌਣ ਇਹਨਾਂ ਦਾ ਮੇਨ ਸੀ
ਕਿਹੜਾ ਸੈਕੰਡਰੀ ਸੀ, ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਬਹੁਤ ਸਾਰੀਆਂ ਹਜੇ ਇਹਦੀਆਂ ਸਰ ਬਿਲਡਿੰਗ ਨਹੀਂ, ਰਾਤ ਨੂੰ ਚੱਲਦਾ ਸੀ ਨਾ ਮੋਸਟ ਪ੍ਰੋਬਬਲੀ, ਕਿਉਂਕਿ ਉੱਥੇ ਦਿਨ ਹੁੰਦਾ ਆਪਣੇ ਰਾਤ ਹੁੰਦੀ ਹੈ, ਮੋਸਟ ਪ੍ਰੋਬਬਲੀ ਇਹ ਰਾਤ ਨੂੰ ਚੱਲਦਾ ਸੀਗਾ। ਸਰ ਬਿਲਡਿੰਗ ਕਿੰਨੀ ਹੈ? ਬਿਲਡਿੰਗ ਹਜੇ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹਨਾਂ ਨੇ ਮਾਲਕ ਬਿਲਡਿੰਗ ਵਾਲੇ ਨੂੰ ਦੱਸਿਆ ਸੀ ਕਿ ਨਹੀਂ ਦੱਸਿਆ ਸੀ, ਉਹਨੂੰ ਨਾਰਮਲ ਕਾਲ ਸੈਂਟਰ ਦਾ ਨਾਂ ਦੇ ਕੇ ਕੀਤਾ ਸੀ, ਉਹਦੀ ਇਨਵੋਲਵਮੈਂਟ ਹੈਗੀ ਹੈ ਕਿ ਨਹੀਂ ਹੈਗੀ, ਦੈਟਸ ਅ ਡਿਫਰੈਂਟ ਸਟੋਰੀ। ਜਿਹੜੀ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਹੈ, ਇੱਕ ਲੁਧਿਆਣਾ ਟੀਮ ਨੇ ਬਹੁਤ ਹੀ ਜਿਹੜਾ ਇੱਕ ਯੂਨੀਕ ਟਾਈਪ ਦਾ ਜਿਹੜਾ ਇਹ ਕੇਸ ਹੈ, ਜਿਹੜਾ ਕਿ ਮੈਨੂੰ ਲੱਗਦਾ ਲਗਭਗ ਪੰਜਾਬ ਦਾ ਪਹਿਲਾ ਕੇਸ ਹੀ ਹੋਣਾ ਇਸ ਲੈਵਲ ਤੇ ਜਿਹੜਾ ਹੋ ਰਿਹਾ, ਜਿਹਦੇ ਚ 13 ਬੰਦੇ ਇਨਵੋਲਵਡ ਆ, ਆਨਲਾਈਨ ਜਿਹੜੇ ਅਮਰੀਕਨ ਸਿਟੀਜ਼ਨ ਨਾਲ ਠੱਗੀ ਵੱਜੀ ਜਾ ਰਹੀ ਹੈ। ਸਾਰੇ ਪੜ੍ਹੇ ਲਿਖੇ ਹੋਣਗੇ ਸਾਰੇ, ਕਿਉਂਕਿ ਇਹਨਾਂ ਦੇ ਵਿੱਚੋਂ ਇਹਨਾਂ ਦੇ ਕਾਫੀ ਜਿਹੜੇ ਉਸ ਲੈਵਲ ਤੇ ਤੁਸੀਂ ਦੇਖਿਆ ਯੰਗ ਹੈ, ਪੜ੍ਹੇ ਲਿਖੇ ਆ, ਮੈਨੂੰ ਲੱਗਦਾ ਈਜ਼ੀ ਮਨੀ, ਸ਼ਾਰਟਕੱਟ ਟੂ ਮਨੀ ਤੇ ਲਿਓਰਡ ਜਿਹੜੇ ਆ ਮਨੀ ਦੇ ਲਈ, ਉਹਦੇ ਲਈ ਕਰਕੇ ਇਹੀ ਕਾਰਨ ਹੋਊਗਾ। ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਨਹੀਂ, ਹਜੇ ਤੱਕ ਜਿਹੜਾ ਸਾਡੇ ਕੋਲ ਆਇਆ ਯੂਐਸ ਦਾ ਹੀ ਆਇਆ, ਹੋਰ ਕਿਹੜੇ ਕਿਹੜੇ ਯੂਰੋਪੀਅਨ ਕੰਟਰੀਜ਼ ਨੂੰ ਕਰਦੇ ਸੀ ਹਜੇ ਇਹਨਾਂ ਦੀ, ਹੁਣ ਸਾਡੇ ਜਿਹੜੇ ਐਕਸਪਰਟਸ ਆ ਰਹੇ ਆ, ਕੰਪਿਊਟਰ ਅਨਾਲਿਸਿਸ ਕਰਾਂਗੇ, ਇਹਨਾਂ ਦੇ ਮੋਬਾਈਲ ਅਨਾਲਿਸਿਸ ਕਰਾਂਗੇ, ਹੋਰ ਪੁੱਛ ਗਿੱਛ ਆਊਗੀ ਜਿਵੇਂ ਜਿਵੇਂ ਹੋਰ ਡਿਟੇਲ ਆਊਗੀ। ਮੋਸਟ ਪ੍ਰੋਬਬਲੀ ਅਸੀਂ ਕੱਲ੍ਹ ਹੀ ਸਰ ਜੀ ਤੁਸੀਂ ਦੱਸਿਆ ਕਿ ਇੱਕ ਦਿਨ ਦਾ ਜਿਹੜਾ ਰਾਤ ਕਿ 1,60,000 ਰੁਪਇਆ ਇਹਨਾਂ ਨੇ ਤੋਂ 1,70,000 ਨਾ ਨਾ ਇੱਕ ਦਿਨ ਦਾ ਨਹੀਂ, ਇਹ ਤਾਂ ਸ਼ਾਇਦ ਹੋ ਸਕਦਾ ਕੁਝ ਪਾਰਟ ਪੇਮੈਂਟ ਹੋਵੇ। ਹਾਂ ਮੈਂ ਤਾਂ ਹੀ ਇਹੀ ਮੈਂ ਕਹਿ ਰਿਹਾ ਸੀਗਾ ਕਿ ਜੇ ਇੱਕ ਕੁਝ ਪਾਰਟ ਪੇਮੈਂਟ 1,70,000 ਰੁਪਇਆ ਪਿਛਲੇ 2.5 ਮਹੀਨੇ ਤੋਂ ਕਿ ਕਰੋੜਸ ਹੈ ਕਿ ਲੱਖਸ ਹੈ? ਨਹੀਂ ਇਹਦੇ ਬਾਰੇ ਜੀ ਤੁਸੀਂ ਨਹੀਂ ਨਹੀਂ ਅਸੀਂ ਦੇਖੋ ਇਹਨੂੰ ਇਹਦੇ ਗੈਸ ਨਹੀਂ ਕਰ ਸਕਦੇ, ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਰਾਤ ਦੇ ਵਿੱਚ ਇਹਨਾਂ ਨੂੰ ਉਸ, ਹੁਣ ਇਹਦੇ ਚੋਂ ਕਿੰਨੇ ਉਸ ਟਾਈਮ ਦੇ ਸੀ, ਕਿੰਨੇ ਬਾਅਦ ਦੇ ਸੀ, ਕਿੰਨੀ ਪੇਮੈਂਟ ਕਰਨ ਆਇਆ ਸੀ, ਇਹ ਵੀ ਇੱਥੇ ਅਫਸਰ ਬੈਠੇ ਰਹੇ, ਬਾਹਰ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ, ਇੱਥੇ ਚੁੱਪ ਕਰਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇੱਕ ਉਹਨਾਂ ਦੇ ਇੱਕ ਸਾਥੀ ਨੇ ਆਉਣਾ ਮਨੀ ਡਿਲੀਵਰ ਕਰਨ ਆਉਣਾ, ਅਸੀਂ ਦੀ ਡੈਪਥ ਵਿੱਚ ਜਾਣਾ ਚਾਹੁੰਦੇ ਸੀ, ਇੱਥੇ ਹੀ ਬੈਠੇ ਦੇ, ਜਦੋਂ ਉਹ ਥੱਲੋਂ ਐਂਟਰ ਹੋਇਆ ਤਾਂ ਉਹਨਾਂ ਨੇ ਫੜ ਲਿਆ। ਇਹਦੇ ਵਿੱਚ ਇਹਦੀ ਜਿਹੜੀ ਟੀਮ ਹੈ ਤੁਸ਼ਾਰ ਗੁਪਤਾ ਤੇ ਜਸਰੂਪ ਤੇ ਨੀਰਜ ਹੈ, ਜਿਹੜੇ ਇਹਨਾਂ ਨੇ ਪਰਫੈਕਟ ਇਹਨਾਂ ਨੇ ਕੰਮ ਕੀਤਾ, ਬਾਕੀ ਵੀ ਸਾਰੇ ਜਿਹੜਾ ਬੰਦਾ ਪੈਸੇ ਦੇਣ ਆਇਆ ਸੀਗਾ ਉਹ ਵੀ ਇਹਨਾਂ ਦਾ ਸਾਥੀ ਸੀਗਾ? ਕੌਣ? ਬਿਲਕੁਲ 100% ਇਹਨਾਂ ਦਾ ਸਾਥੀ ਸੀ, ਜਿਹੜੇ ਕਿੱਥੋਂ ਲੈ ਕੇ ਆਇਆ ਸੀਗਾ ਪੈਸੇ? ਹਾਂਜੀ ਉਹ ਪੈਸੇ ਕਿੱਥੋਂ? ਜਿਹੜੇ ਪੈਸੇ ਬਿਟਕੋਇਨ ਰਾਹੀਂ ਤੇ ਜਿਹੜੇ ਗਿਫਟ ਕਾਰਡ ਹੈ ਜਿਨ੍ਹਾਂ ਰਾਹੀਂ ਹੁੰਦੇ ਆ, ਕਿਉਂਕਿ ਇਹ ਇੱਕ ਛੋਟਾ ਫਰਾਡ ਨਹੀਂ ਹੈਗਾ ਜਿਹੜਾ ਬੈਠਾ ਇੱਥੇ, ਆਪਾਂ ਨੂੰ 8 ਕੰਪਿਊਟਰ ਫੜ ਕੇ ਤੇ 18 ਮੋਬਾਈਲ ਫੜ ਕੇ ਅਸੀਂ ਇਹ ਨਹੀਂ ਕਹਿ ਸਕਦੇ ਇੱਥੇ ਬੇਸਡ ਹੈ। ਆਨਲਾਈਨ ਹਜੇ ਇਹਨਾਂ ਦੇ ਬੰਦੇ ਕੌਣ ਸੀ, ਇਹ ਸੈਕੰਡਰੀ ਹੈ, ਇਹਦੇ ਵਿੱਚ ਮੇਨ ਜਿਹੜਾ ਸੈਂਟਰ ਸੀ ਜਿੱਥੋਂ ਬਲਕ ਈਮੇਲ ਜਾਂਦੀਆਂ ਸੀ ਉਹ ਦਿੱਲੀ ਤੋਂ ਆਪਰੇਟ ਹੁੰਦਾ ਸੀ, ਅਸੀਂ ਇਹਨਾਂ ਤੋਂ ਹਜੇ ਇਹ ਕਹਿੰਦੇ ਸਾਨੂੰ ਲੋਕੇਸ਼ਨ ਨਹੀਂ ਪਤਾ, ਪਰ ਜਿਵੇਂ ਜਿਵੇਂ ਪਤਾ ਲੱਗੂਗਾ ਅਸੀਂ ਦਿੱਲੀ ਪੁਲਿਸ ਨਾਲ। ਸਰ ਜਿਹੜਾ ਕੰਪਲੇਂਟ ਵੀ ਚੱਲਦੇ ਸੀ ਪੈਸੇ? ਨਹੀਂ ਕੰਪਲੇਂਟ ਨਹੀਂ ਆਈ ਸੀ ਜੀ, ਇਹ ਸਾਡੀ ਇਨਫੋਰਮੇਸ਼ਨ। ਇੱਕ ਹੋਰ ਤੁਹਾਡੇ ਨਾਲ ਮੈਂ ਗੱਲ ਕਰਨਾ, ਜਦੋਂ ਡੀਜੀ ਪੰਜਾਬ ਨਾਲ ਇਸ ਗੱਲ ਨੂੰ ਸ਼ੇਅਰ ਕੀਤਾ ਤੇ ਉਹਨਾਂ ਨੇ, ਡੀਜੀਪੀ ਪੰਜਾਬ ਇਸ ਗੱਲ ਤੇ ਬੜੇ ਖੁਸ਼ ਹੋਏ ਆ, ਤੇ ਉਹਨਾਂ ਨੇ ਜਿਹੜੇ ਅਫਸਰ ਨੇ ਇਹਦੇ ਚੰਗਾ ਕੰਮ ਕੀਤਾ, ਜਿਹੜੀ ਡਿਟੇਲ ਕੀਤੀ ਹੈ, ਉਹਨਾਂ ਨੇ ਡੀਜੀ ਡਿਸਕ ਦੇਣ ਦਾ ਉਹਨਾਂ ਨੇ ਕਿਹਾ, ਕੇਸ ਰਿਕਮੈਂਡ ਕਰਕੇ ਭੇਜੋ ਇਹਨਾਂ ਦੀ ਮੰਡੇ ਨੂੰ ਉਸ ਅਫਸਰ ਦੀ, ਉਹਦੇ ਵਿੱਚੋਂ ਜਿਹੜਾ ਡੀਜੀ ਡਿਸਕ ਵੀ ਉਹਨਾਂ ਨੂੰ ਜਿਹੜੀ ਮਿਲੂਗੀ। ਤੇ ਬਾਕੀ ਟੀਮ ਨੂੰ ਜਿਹੜਾ ਕਲਾਸ ਸਰ ਇਹ ਟੈਕਨੀਕਲ ਕੇਸ ਸੀਗਾ, ਕਾਫੀ ਟੈਕਨੀਕਲ ਸੀਗਾ, ਕੀ ਟੈਕਨੀਕਲ ਦੀ ਕਿਸੇ ਨੇ ਮਦਦ ਕੀਤੀ ਆ ਕੋਈ? ਨਹੀਂ ਟੈਕਨੀਕਲ ਸਾਡੇ ਅਫਸਰ ਬੜੇ ਐਜੂਕੇਟਡ ਹੈ, ਨਹੀਂ ਇਹਨਾਂ ਨੇ ਨਹੀਂ ਸਾਈਬਰ ਕੋਰਸਿਸ ਕੀਤੇ ਹੋਏ ਆ, ਇਹਨਾਂ ਨੇ ਅਦਰਵਾਈਜ਼ ਅਵੇਅਰ ਹੈ। ਅਸੀਂ ਉਸ ਗੱਲ ਨੂੰ ਹੋਰ ਬਸ ਕਰਨ ਲਈ ਅਸੀਂ ਫਲੋਰ ਤੋਂ ਤੇ ਚੰਡੀਗੜ੍ਹ ਤੋਂ ਅਸੀਂ ਆਪਦੀ ਹੋਰ ਟੀਮ ਨੂੰ ਵੀ ਬੁਲਾਇਆ, ਕਿਉਂਕਿ ਇਹਦਾ ਸਿਸਟਮ ਹੁੰਦਾ ਕੰਪਿਊਟਰ ਨੂੰ ਕਿਵੇਂ ਕਬਜ਼ੇ 'ਚ ਲੈਣਾ, ਇਵੇਂ ਚੱਕ ਕੇ ਅਸੀਂ ਦੂਜੀ ਕੇਸ ਪ੍ਰੋਪਰਟੀ ਵਾਂਗੂ ਨਹੀਂ ਲੈ ਲੈਂਦੇ, ਉਹਨਾਂ ਦੀ ਸਮ ਦੇ ਮੁਤਾਬਕ ਕਿਵੇਂ ਇਹਨੂੰ ਸੀਲ ਕਰਨਾ, ਕਿਵੇਂ ਐਵੀਡੈਂਸ ਨੂੰ ਕਲੈਕਟ ਕਰਨਾ, ਇਹ ਲੰਮਾ ਟਾਈਮ ਹੈ। ਵੀ ਵਿਲ ਵਰਕ ਸਰ ਇੱਕ ਚੀਜ਼ ਹੋਰ, ਸਾਰੇ ਜਿਹੜਾ 13 ਜਣਿਆਂ ਦਾ ਸਟਾਫ ਫੜਿਆ ਤੁਸੀਂ ਮੌਕੇ ਤੇ, ਇਹ ਸਾਰੇ ਲੁਧਿਆਣੇ ਦੇ ਜਾਂ ਕੋਈ ਦਿੱਲੀ ਦੇ ਜਾਂ ਕੋਈ ਬਾਹਰ ਦੇ? ਹਜੇ ਤੱਕ ਜਿਹੜਾ ਇਹਨਾਂ ਨੇ ਦੱਸਿਆ, ਇਹਨਾਂ ਦੇ ਐਡਰੈਸ ਵੈਰੀਫਾਈ ਕਰਾਂਗੇ, ਹਜੇ ਮੋਬਾਈਲ ਵੈਰੀਫਾਈ ਕਰਾਂਗੇ, ਇਹਨਾਂ ਨੇ ਸਾਰਿਆਂ ਨੇ ਕਿਹਾ ਸੀ ਲੁਧਿਆਣੇ। ਸਰ ਬੈਂਕ ਅਕਾਊਂਟ ਵੀ ਸੀਗੇ ਇਹਨਾਂ ਦੇ ਕੋਈ? ਨਹੀਂ 100% ਇਹਨਾਂ ਦੇ ਆਪਦੇ ਬੈਂਕ ਅਕਾਊਂਟ ਹੋਣੇ ਆ, ਹਜੇ ਇਹਨੂੰ ਕਹਿ ਦਿਓ ਬੜੀ ਇਨੀਸ਼ੀਅਲ ਸਟੇਜ ਤੇ ਆ, ਤੁਸੀਂ ਉੱਥੇ ਜਿੱਥੇ ਫੜੇ ਉੱਥੇ ਆ ਗਏ, ਅਸੀਂ ਤੁਹਾਡੀ ਕੁਝ ਇਨਫੋਰਮੇਸ਼ਨ ਸ਼ਾਮ ਤੱਕ ਸ਼ੇਅਰ ਕਰਾਂਗੇ, ਕੁਛ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਆ, ਤੁਹਾਨੂੰ ਕੱਲ੍ਹ ਤੱਕ ਸ਼ੇਅਰ ਕਰਾਂਗੇ, ਪਰ ਇੰਨਾ ਹੁਣ ਕਹਿ ਸਕਦੇ ਹਾਂ ਇੱਕ ਬੜਾ ਵੱਡਾ ਜਿਹੜਾ ਕਿ ਇੱਕ 7 ਸੀ ਮਤਲਬ 7 ਸਮੁੰਦਰੋਂ ਪਾਰ ਬੈਠ ਕੇ ਇੱਕ ਜਿਹੜਾ ਉਹਦੇ ਨਾਲ ਇੱਕ ਫਰਾਡ ਹੋ ਰਿਹਾ ਸੀ ਤੇ ਉਹ ਫਰਾਡ ਨੂੰ ਅਸੀਂ ਰੋਕਣ 'ਚ ਕਾਮਯਾਬ ਹੋਏ। ਜਿਹੜੀ ਆਰ ਇਹ ਜਿਹੜਾ ਇੱਥੇ ਕਾਲ ਸੈਂਟਰ ਅਸੀਂ ਫੜਿਆ, ਆਰ ਕੇ ਨਗਰ, ਆਰ ਕੇ ਰੋਡ ਤੇ ਚੀਮਾ ਚੌਂਕ ਦੇ ਕੋਲੇ, ਤੇ ਮੋਤੀ ਨਗਰ ਮੈਨੂੰ ਲੱਗਦਾ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ।